ਕਾਂਗਰਸ ਹਾਈਕਮਾਂਡ ਵੱਲੋਂ ਸਾਂਸਦ ਗੁਰਜੀਤ ਸਿੰਘ ਔਜਲਾ ਉੱਤੇ ਇੱਕ ਵਾਰ ਫੇਰ ਵਿਸ਼ਵਾਸ ਕਰਕੇ ਅੰਮ੍ਰਿਤਸਰ ਤੋਂ ਲੋਕ ਸਭਾ ਟਿਕਟ ਦਿੱਤੀ ਹੈ। ਜਿਸ ਤੋਂ ਬਾਦ ਔਜਲਾ ਨੇ ਆਪਣੇ ਪਰਿਵਾਰ ਸਮੇਤ ਸ਼੍ਰੀ ਹਰਿਮੰਦਰ ਸਾਹਿਬ ਚ ਨਤਮਸਤਕ ਹੋ ਕੇ ਗੁਰੂ ਘਰ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਹੈ। ਇਸ ਮੌਕੇ ਔਜਲਾ ਨੇ ਪਰਿਵਾਰ ਸਮੇਤ ਦਰਬਾਰ ਸਾਹਿਬ ਚ ਕੀਰਤਨ ਵੀ ਸਰਵਨ ਕੀਤਾ। ਔਜਲਾ ਨੇ ਇਸ ਮੌਕੇ ਤੇ ਕੋਈ ਵੀ ਰਾਜਨੀਤਿਕ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਰੀ ਕਾਂਗਰਸ ਪਾਰਟੀ ਇਕਜੁੱਟ ਹੈ ਤੇ ਉਹ ਇਸ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਵਿੱਚ ਪਾਉਣਗੇ। ਅੱਜ ਗੁਰੂ ਰਾਮਦਾਸ ਜੀ ਦੇ ਘਰ ਗੁਰੂ ਨਗਰੀ ਦੇ ਸਮੁੱਚੇ ਜਿਹੜੇ ਸੰਗਤ ਆ ਉਹਨਾਂ ਵੱਲੋਂ ਜਿਹੜਾ ਪਿਛਲੇ ਸਮੇਂ 'ਚ ਮੌਕਾ ਦਿੱਤਾ ਗਿਆ ਸੀ, ਅੱਜ ਉਸ ਦਾ ਹੀ ਗੁਰੂ ਘਰ ਅਸੀਂ ਸ਼ੁਕਰਾਨਾ ਕਰਨਾ ਹੈ। ਉਹ ਜਿਹੜੀ ਪਾਰਟੀ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਵੇਖਦੇ ਹੋਏ, ਪਾਰਟੀ ਵਰਕਰ ਦੀ ਭਾਵਨਾ ਨੂੰ ਵੇਖਦੇ ਹੋਏ, ਸੀਨੀਅਰ ਲੀਡਰ ਦੀ ਭਾਵਨਾ ਨੂੰ ਵੇਖਦੇ ਹੋਏ ਟਿਕਟ ਦੇ ਕੇ ਨਵਾਜਿਆ ਸ਼੍ਰੀ ਰਾਹੁਲ ਗਾਂਧੀ ਜੀ ਨੇ, ਕੈਪਟਨ ਅਮਰਿੰਦਰ ਸਿੰਘ ਜੀ ਨੇ ਅਤੇ ਮਾਨਯੋਗ ਔਰ ਸਮੁੱਚੀ ਸੀਨੀਅਰ ਕਾਂਗਰਸ ਔਰ ਅੱਜ ਗੁਰੂ ਦੇ ਘਰ ਫਿਰ ਤੋਂ ਮੇਰੇ ਮਾਂ ਬਾਪ ਜਿਨ੍ਹਾਂ ਦਾ ਇੱਕ ਮਨ ਚ ਖਾਏ ਸੀਗੇ ਜਦੋਂ ਵੀ ਇਹ ਉਪਰਾਲਾ ਮਹਾਰਾਜ ਨੇ ਪੇ ਚੜਾਵੇ ਰਾਤ ਹੀ ਪਹੁੰਚੇ ਔਰ ਆਪਣੇ ਮਾਤਾ ਜੀ ਔਰ ਪਿਤਾ ਜੀ ਦੇ ਨਾਲ ਹਾਜ਼ਰੀ ਲਾਉਣ ਚੱਲੇ ਹਾਂ, ਦਰਸ਼ਨ ਕਰ ਚੱਲੇ ਹਾਂ ਔਰ ਸਪੋਰਟ ਹਾਸਪਿਟਲ ਜਿਹੜੀ ਕਿ ਸਾਡੇ ਮੁਲਕਾਂ ਦਾ ਬੜਾ ਵੱਡਾ ਅਭਿਸ਼ੇਕ ਕੰਮ ਆਪਣੀ ਲੈਵਲ 'ਤੇ ਟਿਕਟ ਅਪਲਾਈ ਕਰਦਾ ਆ ਔਰ ਉਹਦਾ ਅਧਿਕਾਰ ਆ, ਕੁਦਰਤੀ ਗੱਲ ਹੈ ਜਦੋਂ ਉਹਨਾਂ ਨੇ ਟਿਕਟ ਅਪਲਾਈ ਦੀ ਆਪਣਾ ਤਾਮ ਜਾਮ ਕੀਤਾ ਹੋਵੇਗਾ ਉਹਨਾਂ ਨੂੰ ਅਸੀਂ ਜਾ ਕੇ ਮਿਲਾਂਗੇ ਸਾਰੇ ਇਕੱਠੇ ਆਏ ਜੀ। ਪੂਰੀ ਗੱਲ ਜੀ ਮੇਰੇ ਮਾਂ ਪਿਓ ਨੂੰ ਉੱਥੇ ਕੋਈ ਹੈਗਾ ਉਹਨਾਂ ਦਾ ਖਾਹਿਸ਼ ਹੁਣ ਬਜ਼ੁਰਗਾਂ ਦੀ ਖਾਹਿਸ਼ ਮੰਨਾਂ ਕਿ ਕੀ ਕਰਾਂ, ਲੋਕ ਤਾਂ ਚਾਹੁੰਦੇ ਆ ਕਿ ਰੋਡ ਸ਼ੋਅ ਕਰਨ ਪਰ ਮੈਂ ਚਾਹੁੰਦਾ ਕਿ ਮਾਂ ਬਾਪ ਕੋਈ ਨਹੀਂ ਹੈਗਾ, ਮਾਂ ਬਾਪ ਪੁੱਛਿਆ ਤਾਂ ਸਾਰੀ ਜੰਨਤ ਉਹਦੇ ਚਰਨਾਂ 'ਚ, ਮਾਂ ਦੇ ਪਿਓ ਦੇ ਚਰਨਾਂ 'ਚ ਸਾਰਾ ਕੁਛ, ਮਾਂ ਦੇ ਚਰਨਾਂ 'ਚ। ਦੇਖੋ ਮੈਂ ਗੁਰੂ ਘਰ ਬੈਠਾ, ਮੈਂ ਕੋਈ ਇਹੋ ਜਿਹੀ ਗੱਲ ਨਹੀਂ ਕਰਨੀ, ਮੈਂ ਤਾਂ ਇਹੀ ਕਹੂੰਗਾ ਕਿ ਹਰ ਇੱਕ ਦਾ ਅਧਿਕਾਰ ਖੇਤਰ ਆ, ਪਾਰਟੀਆਂ ਦਾ ਅਧਿਕਾਰ ਹੈ, ਉਹਨਾਂ ਜਿਹਨੂੰ ਮਰਜ਼ੀ ਵੀ ਟਿਕਟ ਦੇਣੀ ਚਾਹੁੰਦੇ ਆ, ਸਾਨੂੰ ਇਹਦੇ 'ਚ ਕੋਈ ਇਹੀ ਮੁੱਦਾ ਰਹੇਗਾ ਜੋ ਕੰਮ ਕੀਤੇ ਅਗਾਂਹ ਕਰਾਂਗੇ, ਜੋ ਕੰਮ ਰਹਿੰਦੇ ਆ ਗੁਰੂ ਨਗਰੀ ਦੇ ਕੇਂਦਰ ਸਰਕਾਰ ਦੇ ਵਿੱਚ। ਦੱਸ ਦਈਏ ਕਿ ਗੁਰਜੀਤ ਸਿੰਘ ਔਜਲਾ ਦੂਸਰੀ ਵਾਰ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਲੜਨ ਜਾ ਰਹੇ ਨੇ। ਅੰਮ੍ਰਿਤਸਰ ਤੋਂ ਧਰਮਵੀਰ ਗਿੱਲ, ਖਬਰ ਹਰਪਲ ਇੰਡੀਆ ਲਈ।